ਇੰਟਰਨੈੱਟ ਉੱਤੇ ਗੰਦੀਆਂ ਫਿਲਮਾਂ ਦੇਖਣ ਦੀ ਟਿੱਪਣੀ ਕਰਨ ਵਾਲੇ ਨੀਤੀ ਆਯੋਗ ਦੇ ਮੈਂਬਰ ਨੇ ਕਸ਼ਮੀਰੀਆਂ ਤੋਂ ਮਾਫ਼ੀ ਮੰਗ ਲਈ ਹੈ। ਦਰਅਸਲ ਨੀਤੀ ਆਯੋਗ ਦੇ ਮੈਂਬਰ ਵੀਕੇ ਸਰਸਵਤ ਨੇ ਕਸ਼ਮੀਰ ਵਿੱਚ ਇੰਟਰਨੈੱਟ 'ਤੇ ਪਾਬੰਦੀ ਨੂੰ ਸਹੀ ਠਹਿਰਾਉਂਦਿਆਂ ਕਿਹਾ ਸੀ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉੱਥੇ ਇੰਟਰਨੈੱਟ 'ਤੇ ਲੋਕ ਸਿਰਫ ਗੰਦੀਆਂ ਫਿਲਮਾਂ ਦੇਖਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਤਾਂ ਦੱਸ ਦਈਏ ਕਿ ਗੁਜਰਾਤ ਦੇ ਗਾਂਧੀ ਨਗਰ ਵਿੱਚ ਇੱਕ ਕਨਵੋਕੇਸ਼ਨ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਸਰਸਵਤ ਨੇ ਕਿਹਾ ਕਿ ਕਸ਼ਮੀਰ ਵਿੱਚ ਇੰਟਰਨੈੱਟ ਬੰਦ ਹੈ ਪਰ ਗੁਜਰਾਤ ਵਿੱਚ ਤਾਂ ਚੱਲ ਰਿਹਾ ਹੈ। ਕਸ਼ਮੀਰ ਵਿੱਚ ਇੰਟਰਨੈੱਟ ਬੰਦ ਕਰਨ ਪਿੱਛੇ ਕੁਝ ਕਾਰਨ ਹਨ, ਉੱਥੇ ਕੁਝ ਤੱਤ ਅਜਿਹੇ ਹਨ ਜਿਹੜੇ ਅਮਨ ਕਾਨੂੰਨ ਬਹਾਲ ਕਰਨ ਦੇ ਸਾਡੇ ਯਤਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਸਾਡੇ ਜਿਹੜੇ ਸਿਆਸਤਦਾਨ ਕਸ਼ਮੀਰ ਜਾਣਾ ਚਾਹੁੰਦੇ ਹਨ ਉਹ ਦਿੱਲੀ ਦੀ ਤਰ੍ਹਾਂ ਕਸ਼ਮੀਰ ਵਿੱਚ ਵੀ ਮੁਜ਼ਾਹਰੇ ਕਰਵਾਉਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ਇਸ ਨੂੰ ਹੋਰ ਭੜਕਾਉਂਦਾ ਹੈ। वो जैसा आंदोलन दिल्ली की सड़कों पर हो रहा है वो कश्मीर के सड़कों पर लाना चाहते हैं और जो सोशल मीडिया है वो उसको आग आग की तरह से इस्तेमाल करता है। ਉਧਰ ਕਸ਼ਮੀਰ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਨੇ ਉਹਨਾਂ ਦੀ ਇਸ ਟਿੱਪਣੀ ਕਿ ਇੰਟਰਨੈੱਟ ਬੰਦ ਹੋਣ ਦੇ ਨਾਲ ਵਪਾਰ 'ਤੇ ਖਾਸ ਅਸਰ ਨਹੀਂ ਪਿਆ ਅਤੇ ਇਸ ਨੂੰ ਗੰਦੀਆਂ ਫਿਲਮਾਂ ਦੇਖਣ ਲਈ ਵਰਤਿਆ ਜਾਂਦਾ ਹੈ ਇਸ ਦੀ ਨਿੰਦਿਆ ਕਰਦਾ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਚੈਂਬਰ ਦੇ ਪ੍ਰਧਾਨ ਸ਼ੇਖ ਆਸ਼ਿਕ ਨੇ ਕਿਹਾ ਕਿ ਅਸੀਂ ਇਹਨਾਂ ਟਿੱਪਣੀਆਂ ਦੀ ਨਿੰਦਾ ਕਰਦੇ ਹਾਂ, ਉਹ ਕਸ਼ਮੀਰ ਦੇ ਲੋਕਾਂ ਬਾਰੇ ਜ਼ਹਿਰ ਫੈਲਾ ਰਹੇ ਹਨ। ਇਸ ਤਰ੍ਹਾਂ ਦੀਆਂ ਬੇਹੂਦਾ ਗੱਲਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਇੰਟਰਨੈੱਟ ਬੰਦ ਹੋਣ ਕਾਰਨ ਵਾਦੀ ਨੂੰ ਵਪਾਰ ਵਿੱਚ ਨੁਕਸਾਨ ਹੋ ਰਿਹਾ ਹੈ। ਪਿਛਲੇ ਕਰੀਬ 6 ਮਹੀਨਿਆਂ ਵਿੱਚ 18,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਆਪਣੀ ਬੇਤੁਕੀ ਟਿੱਪਣੀ ਨੂੰ ਲੈ ਕੇ ਪੰਡੀ ਹੋਣ ਤੋਂ ਬਾਅਦ ਨੀਤੀ ਆਯੋਗ ਦੇ ਮੈਂਬਰ ਨੇ ਐਤਵਾਰ ਨੂੰ ਕਸ਼ਮੀਰੀਆਂ ਤੋਂ ਇਹ ਕਹਿ ਕੇ ਮਾਫ਼ੀ ਮੰਗ ਲਈ ਕਿ ਉਹਨਾਂ ਦੀ ਟਿੱਪਣੀ ਨੂੰ ਸਹੀ ਸੰਦਰਭ ਦੇ ਵਿੱਚ ਨਹੀਂ ਪ੍ਰਸਾਰਿਤ ਕੀਤਾ ਗਿਆ, ਕਿ ਉਹਨਾਂ ਦੀ ਟਿੱਪਣੀ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ। ਉਹ ਇੰਟਰਨੈੱਟ ਤੱਕ ਕਸ਼ਮੀਰੀਆਂ ਦੀ ਪਹੁੰਚ ਦੇ ਖਿਲਾਫ ਨਹੀਂ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।